ਅਸੀਂ ਬਲੀ ਵੀ ਉਹਨੂੰ ਮੰਨਦੇ ਹਾਂ, ਅਸੀਂ ਵੀਰ ਵੀ ਉਹਨੂੰ ਮੰਨਦੇ ਹਾਂ ਜਿਹਦੇ ਸਾਹਮਣੇ ਦੁਨੀਆਂ ਨਾ ਹੋਵੇ, ਜਿਹਦੇ ਸਾਹਮਣੇ ਹਮੇਸ਼ਾ ਅੱਲਾਹ ਦੇ ਅੱਲਾਹ ਦੇ ਰਸੂਲ ਦੀ ਸਾਹ ਹੋਵੇ। ਜਿਹੜਾ ਪੀਰ ਕਰਾਮਤਾਂ ਨੂੰ ਮੰਨਦਾ, ਕਰਾਮਤਾਂ ਦਾ ਸ਼ੋਅ ਆਫ ਕਰਦਾ ਹੋਵੇ ਹਰ ਥਾਂ ਤੇ, ਮੇਰੀ ਇਹ ਗੱਲ, ਮੇਰੀ ਇਹ ਗੱਲ, ਮੇਰੀ ਇਹ ਗੱਲ, ਜਾਂ ਪੀਰ ਕਰਾਮਤ ਨੂੰ ਅੱਗੇ ਲੈ ਕੇ ਚੱਲਦਾ ਹੋਵੇ, ਬਲਾਇਤ ਦੇ ਸੌ ਦਰਜਾਤ ਦੀ ਤਸ਼ਰੀਹ ਕੀਤੀ ਹੈ ਹਜ਼ਰਤ ਮੋਹਿਦੀਨ ਚਿਸ਼ਤੀ ਅਜਮੇਰੀ ਰਹਿਮਤੁਲਾਹ ਅਲੈਹ ਨੇ। ਆਪ ਫਰਮਾਏ ਨੇ ਸੌ ਦਰਜਾਤ ਬਲਾਇਤ ਦੇ ਨੇ, ਲੇਕਿਨ ਉਹਨਾਂ ਵਿੱਚੋਂ 17 ਦਰਜੇ ਪਹਿਲੇ ਨੇ, ਅੱਬਲ ਤੋਂ ਲੈ ਕੇ 17ਵੇਂ ਦਰਜੇ ਤੱਕ ਬੰਦੇ ਕਰਾਮਤਾਂ ਵਿਖਾ ਸਕਦੇ ਨੇ। 17ਵੇਂ ਤੋਂ ਲੈ ਕੇ 100 ਤੱਕ ਬੰਦਾ ਇਹਨਾਂ ਕੋਲ ਰੱਬ ਦੇ ਨੇੜੇ ਹੋ ਜਾਂਦਾ, ਫਿਰ ਉਹਨੂੰ ਕਰਾਮਤ ਦੀ ਲੋੜ ਨਹੀਂ। ਅਸੀਂ ਕਰਾਮਤਾਂ ਵੇਖ ਕੇ ਔਲੀਆ ਅੱਲਾਹ ਨਾਲ ਮੁਹੱਬਤ ਨਹੀਂ ਕਰਦੇ, ਅਸੀਂ ਕਰਾਮਤਾਂ ਵੇਖ ਕੇ ਉਹਨਾਂ ਦੇ ਦਸਤੇ ਸ਼ਕਤ ਤੇ ਬਿਆਨ ਨਹੀਂ ਕਰਦੇ, ਅਸੀਂ ਸਿਰਫ ਔਲੀਆ ਅੱਲਾਹ ਦੇ ਕਦਰ ਦਸਤੇ ਸ਼ਕਤ ਤੇ ਬਿਆਨ ਇਸ ਵਜ੍ਹਾ ਤੋਂ ਕਰਦੇ ਹਾਂ ਕਿ ਇਹਨਾਂ ਦੇ ਆਸਾਨੇ ਤੇ ਔਲਾਦਾਂ ਦੀ ਰੱਬ ਕੇ ਕਿ ਆਪ ਨੇ ਨਾ ਦੁਨੀਆ ਤਲਬ ਕੀਤੀ ਹੈ, ਨਾ ਆਪਣੇ ਮੁਰੀਦਾਂ ਨੂੰ ਦੁਨੀਆ ਦੱਸੀ, ਆਪ ਨੇ ਖੁਦ ਵੀ ਦੀਨ ਸਿੱਖਿਆ, ਮੁਰੀਦਾਂ ਨੂੰ ਵੀ ਦੀਨ ਸਿਖਾਇਆ। ਨਾਰਾ ਰਸਾਲੇ ਨਾਰਾ ਰਸਾਲੇ
لیکن ایتھے موجود نے انہاں واسطے کھانا حرام ہے اور حلال ہے تے بندے نے رسی تو حضور ماندا کیے فرمایا اج 13 بندے نے کہ او نہیں جڑے اگے پیچھے یا مجھے ذکر خیال رکھتے ہیں دسو کدی تھانوں کسی ڈائریکٹ گال کٹی
ਨਾਲ ਕਿਹਨਾਂ ਨੂੰ ਕੱਢੀ ਜਿਹੜੇ ਘਰ ਬੈਠੇ ਹੈ ਕਿ ਨਹੀਂ ਗੱਲ ਪਿਓ ਦਾ ਕੀ ਕਸੂਰ ਹੈ ਲੜਾਈ ਤੇਰੀ ਮਾਂ ਤੇਰੀ ਦਾ ਕੀ ਕਸੂਰ ਹੈ ਲੜਾਈ ਤੇਰੀ ਹੈ ਪਰ ਗਾਲ ਸਾਰਿਆਂ ਦੀ ਹਕੂਮਤ ਮੈਂ ਇਸ ਆਦਮ ਦੀ ਔਲਾਦ ਨੂੰ ਅਤਾ ਫਰਮਾਵਾਂ ਪਹਾੜ ਨਹੀਂ
انسان کٹنا چاہیے تو بڑھ سکتا ہے, دریا منہ موڑنا چاہیے تو موڑ سکتا ہے, ہوا دے بہری ہوا ہوا جا ہائی جہاز لگانا چاہیے تو لگا سکتا ہے, لویا عام حل کے ڈب جائے بیڑا بنا چکا جنگل لانا چاہے تو لا سکتا ہے, پٹنا چاہے تو پٹ سکتا ہے, پر کس کا گناہ ہے اے نہ سمجھے لیکن تقدیر ہے نہ ہوگی نہ وہ تو حکم ہوئے گا تا ہی ساری جہاں عزت کی دیتی میں انہوں سارے ساری کائنات زمین اور آسمان کے درمیان جو کچھ ہے میں سارا ان آدم کی اولاد واسطے تصویر بگا یہاں چلی سب کا ترجمہ کر لیے تجربہ گاہ بنا چلی تجربہ گاہ بنا چلی ہوں جو بھی چاہے میں نے عزت دیتی ہے اپنی مرضی نال کر سکتا ہے کر سکتا ہے مالک یہ جو کرنے والے آپ کی شے اور میں لگن خلق میں انسان آپ نے ایڈا سونے کے دل کا سونا تو میں بھی بنائے اگلے جہان بولنے
ਸ਼ਰੀਕਾਂ ਦੇ ਵਿੱਚ ਮੰਦਾ ਲੱਗਦਾ ਉਹ ਹੁੰਦਾ ਜਿਹੜਾ ਸ਼ਰੀਕਾਂ ਵਿੱਚ ਕੰਡ ਨਾ ਲੱਗਣ ਦੇਵੇ। ਜਿਹੜਾ ਸ਼ਰੀਕਾਂ ਲੱਗਣ ਦੇਵੇ ਉਹ ਯਾਰ ਨਹੀਂ ਹੁੰਦਾ, ਉਹ ਯਾਰ ਮਾਰ ਦਿੰਦਾ ਏ। ਜਦੋਂ ਸਾਰੇ ਨਬੀ ਖਲੋਤੇ ਹੁਸਨ ਵਿੱਚ ਆਉਣ ਦਾ ਲਾਲ ਆਪਣੀ ਉਮਤ ਲੈ ਕੇ ਖਲੋਤਾ ਸੀ, ਮੇਰੇ ਨਾਮ ਕਲਿਆ ਨਹੀਂ ਚੰਦਾ ਲੱਗਦਾ। ਸਵਾਲ ਨਾ ਕਰੋ, ਯਕੀਨ ਰੱਖੋ ਅਸ਼ਰਾ ਤੁਹਾਡੇ ਕੰਨ ਨਹੀਂ ਲੱਗਣਗੇ।
ਜਿਸਮ ਕੋ ਸ਼ਾਕ ਹੋ ਗਏ ਤੇ ਮੇਰੇ ਆਮਨੇ ਦੇ ਲਾ ਦੀ ਹਦੀਸੇ ਪਰ ਸੁਣੋ ਫਰਮਾ ਸਾਰੀਆਂ ਉਹਨਾਂ ਦੇ ਲੋਦੀਆਂ ਸਵਾਲ ਅੱਲਾਹ ਦੀ ਸੁਣੀ ਅਸੀਂ ਚਿਹਰੇ ਦੀ ਚਮਕ ਦੇ ਅਸੀਂ ਸਵਾਲ ਤੇ ਦੀ ਚਮਕ ਦੇ ਅਸੀਂ ਤੇ ਦੀ ਚਮਕ ਦੇ ਅਸੀਂ ਸਵਾਲ ਅੱਲਾਹ ਇੱਡੇ ਰੋ ਸੋਹਣੇ ਰੋਸ਼ਨ ਚਿਹਰੇ ਮੇਰੀ ਉਮਰ ਦੇ ਅਸੀਂ ਕਿਸੇ ਨੂੰ ਵੀ ਨਹੀਂ ਉਮਰ ਦੇਣਾ ਸਵਾਲ ਅੱਲਾਹ ਇਸ ਤੋਂ ਵੱਡੀ ਕੋਈ ਤਸੱਲੀ ਚਾਹੀਦੀ ਨਹੀਂ ਪਰ ਨਹੀਂ ਸਮਝ ਨਬੀਆਂ ਦੀ ਸਾਰੀ ਜ਼ਿੰਦਗੀ ਅੱਲਾਹ ਦਾ ਦੀਨ ਕਲਾ ਹੈ ਅੱਲਾਹ ਦਾ ਦੀਨ ਕਲਾ ਹੈ ਨਬੀਆਂ ਦੀ ਸਾਰੀ ਜ਼ਿੰਦਗੀ ਅੱਲਾਹ ਦਾ ਜਿਹੜਾ ਸਾਰੀ ਦਾ ਘਰ ਤੇ ਬਾਰ ਬਾਰ ਦੀ ਸੁਫਾ ਰਵੇ ਜਿਹੜਾ ਸਾਰੀ ਰਾਤ ਮਨਾਬੇ ਵਾਲਾ ਮੁਖਤਲਿਫ ਕੰਮਾਂ ਦੇ ਅੰਦਰ ਖਰਾਫਾਤ ਦੇ ਅੰਦਰ ਮਸਰੂਫ ਰਵੇ ਉਹ ਸਾਡੇ ਨਜ਼ਦੀਕ ਬਣੀ ਨਹੀਂ ਸਾਡੇ ਨਜ਼ਦੀਕ ਬਣੀ ਉਹ ਮੇਰੀ ਚਿਤਾ ਰੂਹ ਨੂੰ ਵੀ ਅੱਲਾਹ ਨੂੰ ਯਾਦ ਹੈ ਤਬਲੀਗ ਕਰਦਾ ਹੋਵੇ ਤਾਂ ਹੀ ਅਸੀਂ ਆਹੋ